पाजी कोई देगा बयान आएगा कोई एक मिनट और लगता है गल की भाई मेरे पता कुछ गल की गल तो कुछ नहीं है बंदा कोई भेज दे इस टाइम उन्हों का हो रहा ब्लड वग रहा उन्होंने छोड़ दो उन्होंने छोड़ दो उन्होंने कोई दिक्कत नहीं दस दो मेरे अभी पर्चियां लैन आए हैं वो लैके चला मैं थोड़ा नंबर ले लूँ ना एक बंदे का कोई नहीं खड़े नहीं मैं खड़ा मुंडा खड़ा एक कौन है मुंडा बोल रहा नाल ही ना सारे मुंडे अच्छा अंकल भी जाते हैं कितने मेरे मुंह से आगे जा यार अंदर जाकर हाँ भाई कुछ बहुत जोर का फायर है रख के जाओ करो ਬੱਲੀ ਬਾਈ ਨੂੰ ਸ਼ੱਕ ਪੈ ਗਿਆ ਸੀਗਾ ਬੱਲੀ ਕਹਿੰਦੇ ਕਿੱਥੇ ਨਾ ਬੱਲੀ ਬਾਈ ਨੂੰ ਕਹਿੰਦੇ ਮੈਂ ਨਾ ਲੰਘ ਗਿਆ ਸੀ ਰਿਕਾਰਡਿੰਗ ਹੋ ਰਹੀ ਹੈ ਪ੍ਰੈਸ ਵਾਲੀ ਡਿਊਟੀ ਸਵੇਰ ਦੇ ਰਾਤ ਦੀ ਗੁਰਵਿੰਦਰ ਗੁਰਵਿੰਦਰ ਦੇ ਕੀ ਨਾਮ ਗੁਰਵਿੰਦਰ ਗੁਰਵਿੰਦਰ ਵਾਲੇ ਕਿਹੜੇ ਨੇ ਬੱਲੇ ਪੇਸ਼ੈਂਟ ਨੂੰ ਲੈ ਜਾਓ ਬੜਾ ਕੋਈ ਨਾ ਜੋ ਬਾਕੀ ਦੇ ਰਿਹਾ ਆਪਾਂ ਦਾ ਅਭੀ ਅਨੁਸਾਰ ਕੀ ਚਾਹ ਰਿਹਾ ਹੈ ਕਿ ਸੰਤ ਨੂੰ ਹੋ ਰਿਹਾ ਹੈ ਸੰਤ ਨੂੰ ਹੋ ਰਿਹਾ ਹੈ
ਹਸਪਤਾਲ ਆ ਕੇ ਅਸੀਂ ਜਿਹੜੇ ਇੰਜਰਡ ਉਹਨਾਂ ਦਾ ਸਾਥੀ ਉਹਨਾਂ ਦਾ ਬਿਆਨ ਲਿਖ ਰਹੇ ਹਾਂ। ਮੁੱਢਲੀ ਇਨਵੈਸਟੀਗੇਸ਼ਨ ਸਾਨੂੰ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਉਹ ਆਪਦੇ ਹੋਰ ਤਿੰਨ ਦੋਸਤਾਂ ਦੇ ਨਾਲ ਆਪਦੇ ਰਿਸ਼ਤੇਦਾਰੀ 'ਚ ਵਿਆਹ ਟਿਕ ਕਰਕੇ ਆ ਰਹੇ ਸੀਗੇ ਅਤੇ ਪਿੱਛੋਂ ਜਦੋਂ ਉਹ ਓਵਰਟੇਕ ਕਰਨ ਲੱਗੇ ਨੇ ਗੱਡੀ ਨੂੰ ਅਤੇ ਉਦੋਂ ਉਹਨਾਂ ਦਾ ਥੋੜ੍ਹਾ ਜਿਹਾ ਆਪਸ 'ਚ ਕੋਈ ਗੱਲਬਾਤ ਹੋਈ ਹੈ ਅਤੇ ਲਾਈਟਾਂ ਦੇ ਕੋਲ ਆ ਕੇ ਉਹਨਾਂ ਨੇ ਜਿਹੜੇ ਗੱਡੀ ਨਾਲ ਇਹਨਾਂ ਦੀ ਓਵਰਟੇਕਿੰਗ ਹੋ ਰਹੀ ਸੀ ਉਹ ਗੱਲਬਾਤ ਹੋਈ ਹੈ। ਉਹਨਾਂ ਨੇ ਮੁੰਡਿਆਂ ਨੇ ਉਤਰ ਕੇ ਅਤੇ ਕੋਈ ਫਾਇਰ ਇਹਨਾਂ 'ਤੇ ਕਰਕੇ ਅਤੇ ਇੰਜਰਡ ਕੀਤਾ ਹੈ। ਇਸ ਸੰਬੰਧੀ ਅਸੀਂ ਜਿਹੜੀ ਮਾਮਲੇ ਦੀ ਪੜਤਾਲ ਕਰ ਰਹੇ ਹਾਂ ਔਰ ਜਿਉਂ ਹੀ ਇਹਨਾਂ ਦੇ ਬਿਆਨ ਸਾਡੇ ਕੋਲ ਮੁਕੰਮਲ ਤਰੀਕੇ ਨਾਲ ਆਉਂਦੇ ਨੇ ਕਿਉਂਕਿ ਜਿਹੜੀ ਸਾਡੀ ਫਸਟ ਪ੍ਰਾਇਓਰਟੀ ਹੈਗੀ ਉਹ ਇੰਜਰਡਸ ਦਾ ਇਲਾਜ ਕਰਾਉਣਾ ਹੁੰਦਾ ਅਤੇ ਉਹਨਾਂ ਦਾ ਜੋ ਵੀ ਐਕਸਰੇ ਵਗੈਰਾ ਤਾਂ ਹੋਰ ਜੋ ਵੀ ਡਾਕਟਰ ਸਾਹਿਬਾਨ ਉਹਨਾਂ ਦਾ ਇਲਾਜ ਕਰ ਰਹੇ ਨੇ ਅਤੇ ਉਸ ਤੋਂ ਬਾਅਦ ਮੁਕੰਮਲ ਬਿਆਨ ਲਿਖ ਕੇ ਅਸੀਂ ਸਰ ਕਿੰਨੇ ਫਾਇਰ ਕੀਤੇ ਕਿੰਨੇ ਫਾਇਰ ਹੋਏ ਕਿਹੜੀ ਕਿਹੜੀ ਗੱਡੀ ਸੀਗੀ ਅਸੀਂ ਮੈਂ ਤੁਹਾਨੂੰ ਦੱਸਿਆ ਵੀ ਉਹ ਬੰਦੇ ਇੰਜਰਡ ਨੇ ਉਹਨਾਂ ਦਾ ਇਲਾਜ ਹੋ ਰਿਹਾ ਜਿਉਂ ਹੀ ਉਹ ਇਲਾਜ ਤੋਂ ਬਾਅਦ ਥੋੜ੍ਹਾ ਬਿਆਨ ਦੇਣ ਦੇ ਲਈ ਫਿੱਟ ਹੁੰਦੇ ਨੇ ਅਸੀਂ ਕਰਵਾ ਦਿੰਦੇ ਕਿੰਨੇ ਬੰਦੇ ਇੰਜਰਡ ਨੇ ਅਤੇ ਕਿਹੜੀ ਕਿਹੜੀ ਗੱਡੀ ਸੀਗੀ। ਮੈਂ ਦੱਸ ਚੁੱਕਿਆ ਕਿ ਦੋ ਬੰਦੇ ਇੰਜਰਡ ਨੇ ਔਰ ਉਹ ਆਪਦੀ ਗੱਡੀ ਸਵਿਫਟ ਵਿੱਚ ਸੀਗੇ ਅਤੇ ਅੱਗੇ ਜਿਹੜੀ ਗੱਡੀ ਕੋਲ I-20 ਗੱਡੀ ਦੱਸ ਰਹੇ ਨੇ ਥੋੜ੍ਹਾ ਉਹ ਪ੍ਰੋਪਰ ਇੱਕ ਵਾਰੀ ਇਲਾਜ ਹੋ ਜਾਵੇ ਅਤੇ ਸਾਰੀ ਗੱਲ ਪੁੱਛ ਕੇ ਜਿਹੜੇ ਜਲਦੀ ਹੀ ਸਾਰੀ ਕਾਰਵਾਈ ਕਰਾਂਗੇ ਔਰ ਦੋਸ਼ੀ ਨੂੰ ਅਸੀਂ ਬਹੁਤ ਜਲਦੀ ਅਸੀਂ ਬਿਆਨ ਲਿਖਣ ਤੋਂ ਬਾਅਦ ਅਸੀਂ ਉਹਨਾਂ ਨੂੰ ਗ੍ਰਿਫਤਾਰ ਵੀ ਕਰਾਂਗੇ ਸਾਰੀ ਕਾਰਵਾਈ ਕਰਾਂਗੇ ਇਹੋ ਜਿਹੇ ਬੰਦੇ ਦੇ ਖਿਲਾਫ਼ ਬਹੁਤ ਸਖ਼ਤ। ਕੋਈ ਗੱਡੀ ਪਛਾਣ ਹੋਈ ਹੈ ਗੱਡੀ ਕਿਹੜੀ ਸੀ ਕਿਉਂ ਸੀਗੀ ਮਤਲਬ ਗੱਡੀ ਨੰਬਰ ਵਗੈਰਾ ਮੈਂ ਤੁਹਾਨੂੰ ਦੱਸਿਆ ਕਿ ਬੰਦੇ ਇੰਜਰਡ ਨੇ ਜੀ ਜੋ ਹੀ ਇਲਾਜ ਹੁੰਦਾ ਹੈ ਤੇ ਅਸੀਂ ਸਾਰੀ ਕਰ ਲਈ ਠੀਕ ਹੈ ਸਰ ਥੈਂਕ ਯੂ। ਫ੍ਰੀ ਸੇਵਾ ਫ੍ਰੀ ਸਮਾਧਾਨ ਫੀਸ ਕਮ ਹੋਣ ਤੋਂ ਬਾਅਦ ਵਿਦੇਸ਼ 'ਚ ਬੈਠੇ ਕਿਉਂ ਹੋ ਪਰੇਸ਼ਾਨ ਤੰਤਰ ਮੰਤਰ ਕਾਲੀ ਸ਼ਕਤੀ ਅਤੇ ਕਾਲੇ ਇਲਮ ਦੇ ਬੇਤਾਜ ਬਾਦਸ਼ਾਹ ਤਾਂਤਰਿਕ ਆਰ ਕੇ ਸ਼ਾਸਤਰੀ ਜੀ ਮੇਰਾ ਕੀਤਾ ਹੋਇਆ ਚੱਲੇਗਾ ਸੱਤ ਸਮੁੰਦਰ ਪਾਰ ਕੋਈ ਅਜਿਹਾ ਤਾਲਾ ਨਹੀਂ ਜੋ ਖੁੱਲ੍ਹੇ ਨਾ ਹਰ ਕੰਮ ਹੁੰਦਾ ਆ ਕਰਨ ਵਾਲਾ ਹੋਣਾ ਚਾਹੀਦਾ ਹੈ ਹਰ ਸਮੱਸਿਆ ਦਾ ਸਮਾਧਾਨ 100% ਗਰੰਟੀ ਦੇ ਨਾਲ ਸਟਾਂਪ ਪੇਪਰ 'ਤੇ ਲਿਖ ਕੇ ਲਵੋ ਸਪੈਸ਼ਲਿਸਟ ਵਸ਼ੀਕਰਨ ਕਰਨਾ ਜਾਂ ਤੁੜਵਾਉਣਾ ਲਵ ਮੈਰਿਜ ਲੋਟਰੀ ਨੰਬਰ PR ਪ੍ਰੋਬਲਮ ਵਿਦੇਸ਼ ਵਿੱਚ ਪੱਕੇ ਹੋਣਾ ਸੌਤਨ ਜਾਂ ਦੁਸ਼ਮਣ ਤੋਂ ਛੁਟਕਾਰਾ ਕਰਜ਼ਾ ਮੁਕਤੀ
सस नूं पति पत्नी विच अनबन जायदाद विच झगड़ा मनचाया प्यार बच्चिया दे कहने तो बाद घर विच कलेश किता कराया किसे नूं शराब दी लत तो बाहर कढ़ना तुहाडा कोई भैन भरा पति पत्नी प्रेमी प्रेमिका किसे दे वस विच है उसनूं बाहर कढ़न लई तुरंत संपर्क करो तांत्रिक आर के शास्त्री जी दे नाल साडियां सेवावां तुहाडे लई 24 घंटे खुल्लियां ने मेरे तो पहला काम करन वाले नूं मूंह मंगिया इनाम मोबाइल नंबर 98 766 056 39।